ਰਵਿੰਦਰ ਚੋਟੀ ਨੂੰ ਪੁੱਤਰ ਮਾਮਾ ਮਰ ਗਿਆ ਮੰਮੀ ਰੰਡੀ ਕਰ ਗਿਆ ਪੁੱਤਰ ਮਾਮਾ ਮਰ ਗਿਆ ਮੰਮੀ ਰੰਡੀ ਕਰ ਗਿਆ ਸਰਕਾਰ ਮੁਰਦਾਬਾਦ। अज नशा विरोधी एक्शन संघर्ष कमेटी वालों गुरद्वारा पाशी नवी बुढ़लाडा विखे मीटिंग की गई, जिस विच सर्वसम्मति नाल बुढ़लाडा विखे तहसील की कमेटी भी बनाई गई। नशा विरोधी एक्शन कमेटी के कन्वीनर रविंदर सिंह राणा, श्रोमणी अकाली दल मान दे गुरसेव सिंह, एंटी ड्रग टास्क फोर्स के प्रदीप सिंह, सी पी आई दे कृष्ण चौहान, बॉक्सिंग मानसा परमिंदर सिंह झोटे के पिता भीम सिंह ने कहा कि अज बुढ़लाडा हल्के एम एल ए बुधराम नूं मंग पत्र देने लई एकत्र होए सी, पर एम एल ए वालों लोग जन नूं कोई अहमियत नहीं दित्ती गई अते मंग पत्र लैन नहीं आए। विरोध वजो एम एल ए दे घर दे मूहरे ही अर्थी फूक मुजहारा भी किया गया। उन्हां दे घर दे अगे भगौड़ा एम एल ए दे परचे चिपकाए गए। उन्हां कहा कि सरकार जनता नूं कीते वादिआं तों भजदी नज़र आ रही है। बुधराम पंजाब पार्टी का प्रधान है, चोणां वेले वादा किया सी कि नौजवानों नूं रुजगार दिता जाएगा तो चिट्टा पंजाब चों खत्म करके पंजाब नूं खुशहाल पंजाब बनावांगे, पर भगवंत मान सरकार ने नौजवानों के सुपनों नूं तोड़िया है। समगलरां दा साथ दे रही है अते बेदोशे नौजवानों नूं फट फट के जेलां विच सुट्टिया जा रहा है। इस दे खिलाफ़ हर वर्ग सड़क उत्ते उतरिया है। इस सरकार नूं वी सब सिखाया जाएगा। मर गया मम्मी रंडी कर गया पुत्र मामा मर गया मम्मी रंडी कर गया सरकार मुर्दाबाद मुर्दाबाद। ਦੇ ਘਰ ਦਾ ਘਰਾਊ ਕੀਤਾ ਗਿਆ ਸੀ, ਚੇਤਾਵਨੀ ਪੱਤਰ ਦੇਣ ਆਏ ਹੋ, ਕੀ ਕਹੋਗੇ? ਅਸੀਂ ਇਹ ਜੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਜਿਹਦਾ ਬੁੱਧਰਾਮ ਜੀ ਪ੍ਰਿੰਸੀਪਲ ਇਹਦੇ ਪੰਜਾਬ ਦੇ ਪ੍ਰਧਾਨ ਨੇ, ਇਹਨਾਂ ਨੇ ਲੋਕਾਂ ਨਾਲ ਗਰੰਟੀਆਂ ਕੀਤੀਆਂ ਨੇ, ਵਾਅਦੇ ਕੀਤੇ ਨੇ ਵੀ 4 ਹਫ਼ਤਿਆਂ 'ਚ ਚਿੱਟਾ ਖਤਮ ਕਰ ਦਿਆਂਗੇ, ਨੌਜਵਾਨਾਂ ਦੇ ਟਿਫਨ ਫੜਾ ਦਿਆਂਗੇ। ਹੋਇਆ ਕੀ ਹੈ ਵੀ ਜਿਹੜੇ ਨੌਜਵਾਨ ਚਿੱਟੇ ਦੇ ਖਿਲਾਫ਼ ਬੋਲਦੇ ਨੇ ਪਰਮਿੰਦਰ ਵਰਗੇ, ਉਹਨਾਂ ਨੂੰ ਚੱਕ ਕੇ 307 ਦੇ ਝੂਠੇ ਪਰਚਿਆਂ 'ਚ, ਕਦੇ 400 ਰੁਪਈਆ ਫਰੌਤੀ ਵਾਲੇ ਚੰਦਰ ਮਲ ਦਿੱਤਾ ਹੋਇਆ ਮੁਕਤਸਰ ਜੇਲ੍ਹ ਦੇ ਵਿੱਚ, 47 ਦਿਨ ਹੋ ਗਏ ਸਾਨੂੰ ਸ਼ਾਂਤਮਈ ਬੈਠਿਆਂ ਨੂੰ, ਉੱਥੇ ਇੱਕ ਵੀ ਲਫ਼ਜ਼ ਨਹੀਂ ਬੋਲਿਆ, ਨਾ ਬੁੱਧਰਾਮ ਜੀ ਬੋਲੇ ਨੇ। 16 ਕਿਲੋਮੀਟਰ ਦੂਰੀ ਇਹਨਾਂ ਦੇ ਪਿੰਡ ਦੀ, 20 ਕਿਲੋਮੀਟਰ ਦੂਰੀ 'ਤੇ ਭਗਵੰਤ ਮਾਨ ਦਾ ਪਿੰਡ ਆ, ਨਾ ਮਤਲਬ ਗੁਰਪ੍ਰੀਤ ਬਣਾਲੀ ਬੋਲਿਆ। ਅਸੀਂ ਬੋਲਣਾ ਇਹਨਾਂ ਨੂੰ ਲਾ ਦਿਆਂਗੇ, ਹੁਣ ਅਸੀਂ ਪੱਕਾ ਮੋਰਚਾ 1 ਤਰੀਕ ਨੂੰ ਕਹਿਤਾ ਵੀ ਨਹੀਂ ਬੋਲਦੇ, ਤਾਂ ਜਿਹੜਾ ਨੇ ਵੋਟ ਪਾਈ ਆ ਲੋਕਾਂ ਨੇ ਸਪੋਰਟ ਕੀਤੀ ਆ ਉਹੀ ਲੋਕ 12 ਦੇ ਮੂਹਰੇ ਆ ਕੇ ਬੈਠਾਂਗੇ, ਪੱਕੇ ਧਰਨੇ ਲਾਵਾਂਗੇ, ਇਹਨਾਂ ਨੂੰ ਪਿੰਡਾਂ 'ਚੋਂ ਵੜਨੋਂ ਹਟਾ ਦਿਆਂਗੇ। ਜਿਹੜਾ ਭਗਵੰਤ ਮਾਨ ਇਹ ਕਹਿੰਦਾ ਹੁੰਦਾ ਵੀ ਇਹਨਾਂ ਦੇ ਡਲੇ ਮਾਰੋ ਪਿੰਡਾਂ ਦੇ ਵਿੱਚ, ਅਸੀਂ ਕੋਈ ਡਲੇ ਮਾਰਨ ਨੂੰ ਨਹੀਂ, ਅਸੀਂ ਕਹਿੰਦਾ ਵੀ ਸਵਾਲ ਕਰੋ, ਇਹਨਾਂ ਨੂੰ ਘੇਰੋ ਪਿੰਡਾਂ 'ਚ ਵੜਨ ਨਾ ਦਿਓ ਜਿਹੜੇ ਲੋਕਾਂ ਦੀ ਗੱਲ ਨਹੀਂ ਸੁਣਦੇ। ਇਸ ਲਈ ਅੱਜ ਮੰਗ ਪੱਤਰ ਲੈਣ ਵੀ ਨਹੀਂ ਆਇਆ ਪ੍ਰਿੰਸੀਪਲ ਬੁੱਧਰਾਮ, ਅਤੇ ਪਿਛਲੇ ਹਫ਼ਤੇ ਦਾ ਅਸੀਂ ਐਲਾਨ ਕੀਤਾ ਵੀ ਅਸੀਂ ਮੰਗ ਪੱਤਰ ਦੇਣੇ ਨੇ, ਕੋਈ ਫੋਨ ਨਹੀਂ ਆਇਆ ਇਹਨਾਂ ਦਾ, ਤਾਂ ਅਸੀਂ ਅੱਜ ਇਹਨਾਂ ਦੀ ਕੰਧ 'ਤੇ ਚਪੇ ਕੇ ਗਏ ਹਾਂ ਵੀ ਇੰਨਾ ਟਾਈਮ ਵੀ ਨਹੀਂ ਵੀ ਲੋਕਾਂ ਦਾ ਮੰਗ ਪੱਤਰ ਫੜ ਲੈਣ, ਗੱਲ ਹੱਲ ਕਰਨਾ ਤਾਂ ਦੂਰ ਦੀ ਗੱਲ ਆ। 1 ਤਰੀਕ ਨੂੰ ਪੱਕਾ ਮੋਰਚਾ ਲੱਗੂ ਬੁੱਧਰਾਮ ਦੇ ਘਰ ਦੇ ਮੂਹਰੇ, ਅਤੇ ਉਹ ਚੇਤਾਵਨੀ ਅੱਜ ਅਲਟੀਮੇਟਮ ਦੇਣ ਵਾਸਤੇ ਆਏ ਆ। ਪੂਰੇ ਪੰਜਾਬ ਦਾ ਸਵਾਲ ਹੈ, ਚਿੱਟੇ ਦਾ ਸਵਾਲ ਆ, ਨੌਜਵਾਨੀ ਬਚਾਉਣ ਦਾ ਸਵਾਲ ਆ। ਸਾਡੀ ਕਮੇਟੀ ਆ ਜਿਹੜੀ ਸੰਘਰਸ਼ ਕਮੇਟੀ, ਉਹ ਲੜ ਰਹੀ ਆ ਪਰਮਿੰਦਰ ਦੀ ਰਿਹਾਈ ਦੇ ਲਈ ਅਤੇ ਚਿੱਟੇ ਨੂੰ ਖਤਮ ਕਰਾਉਣ ਦੇ ਲਈ, ਅਤੇ ਉਹ ਅਸੀਂ ਡਟ ਕੇ ਖੜਾ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਇਕੱਲਾ ਇਸ ਹਲਕੇ ਦੀ ਕੋਈ ਗੱਲ ਨਹੀਂ ਕਰਦਾ, ਮੈਂ ਗੱਲ ਸਾਰੇ ਪੰਜਾਬ ਦੀ ਕਰਾਂਗਾ। ਮੈਂ ਇਕੱਲੇ ਗੱਲ ਨਸ਼ਿਆਂ ਦੀ ਵੀ ਨਹੀਂ ਕਰਾਂਗਾ, ਉਹਦੇ ਨਾਲ ਇੱਕ ਸਾਡਾ ਹੋਰ ਵੱਡਾ ਮੁੱਦਾ ਜਿਹੜਾ ਅਸੀਂ ਦੇ ਨਾਲ ਨਾਲ ਹੀ ਚਲਾਵਾਂਗੇ। ਮੈਂ ਤੁਹਾਡੇ ਮਾਧਵ ਰਾਹੀਂ ਇਹ ਸੰਨੀ ਗੂੰਗੀ ਬੋਲੀ ਸਰਕਾਰ, ਇਹ ਸੰਨੀ ਗੂੰਗੀ ਬੋਲੀ ਸਰਕਾਰ ਦੇ ਬੌਕਰ ਵਾਲੇ ਕਾਰਜਕਾਰੀ ਪ੍ਰਧਾਨ ਮਾਨਯੋਗ ਬੁੱਧ ਸਿੰਘ ਜੀ ਪ੍ਰਿੰਸੀਪਲ ਨੂੰ, ਜੋ ਇੱਥੋਂ ਸਾਡੇ ਬੁਢਲਾਡਾ ਹਲਕੇ ਦੀ ਨੁਮਾਇੰਦਗੀ ਕਰਦੇ ਨੇ, ਬੁੱਧਰਾਮ ਨੂੰ ਪਹੁੰਚਾ ਦਿਓ। ਇਹ ਬੇਨਤੀ ਹੈ, ਪਹਿਲੀ ਗੱਲ ਨਸ਼ੇ ਕੋਈ ਪਤਾ ਨਹੀਂ, ਤੁਸੀਂ ਟੀਚਰ ਤੋਂ ਲਾ ਕੇ ਪ੍ਰਿੰਸੀਪਲ ਰਿਟਾਇਰ ਹੋਏ ਹੋ, 58 ਸਾਲ ਤੱਕ ਨੌਕਰੀ ਕੀਤੀ ਹੋਣੀ ਹੈ, ਤੁਹਾਡੇ ਬੱਚੇ ਚੰਗੀਆਂ ਪੋਸਟਾਂ 'ਤੇ ਟੀਚਰ ਹੋਣਗੇ, ਧੰਨਵਾਦ। ਤੁਹਾਡਾ ਸਾਰਾ ਪਰਿਵਾਰ ਨੂੰਹਾਂ ਵੀ ਚੰਗੀਆਂ ਪੋਸਟਾਂ 'ਤੇ ਟੀਚਰ ਹੋਣਗੇ, ਉਹ ਵੀ ਤੁਹਾਡਾ ਧੰਨਵਾਦ। ਕੋਈ ਪਤਾ ਨਹੀਂ ਬੁੱਧਰਾਮ ਜੀ ਇਹ ਅੱਗ ਕਦੋਂ, ਇਹ ਨਸ਼ਿਆਂ ਦੀ ਵਾਲੀ ਅੱਗ ਕਦੋਂ, ਜਿਵੇਂ ਆਹ ਚੱਲ ਰਹੀ ਆ ਤੇਰੇ ਬਰੂਹੇ 'ਤੇ, ਤੇਰੇ ਪੋਤਰੇ ਪੜਪੋਤਰੇ ਦੋਤੇ ਦੋਤੀਆਂ ਨੂੰ ਆ ਲੱਗੇ। ਇਹ ਚਰਾ ਤੂੰ ਪੜ੍ਹਿਆ ਲਿਖਿਆ ਬੰਦਾ, ਇਹ ਸੋਚ ਲਾ ਇਹ ਸਾਰੇ ਪੰਜਾਬ ਦੇ ਵਿੱਚ ਅੱਗੇ ਇੰਨੀ ਫੈਲ ਚੁੱਕੀ ਆ
के पंजाब दे विचो रोज अखबार ता तू भी पढ़दा होवेगा पर टाइम तेरे को घट है। रोज 15-16 मुंडे नौजवान 18 to 30 साल तक दे मर रहे ने जेड़े तुसी कहंदे सी वोटां तो पहला असि भी थोड़े नाल ही सी। शुरू ते अपनी पत्र देण आए सी विधायक मिलिया जां की गलबात हुई है? नहीं मिले नहीं जी, अज उन्हां दे गेट ते चिपका के गए अर्थी फूक के गए हैं। विधायक साहब नूं कल भी फोन किया सीगा, वो कह रहे सी यार घर मूहरे ना बैठो, तां असीं कहा भी जदों तुसीं वोटां मंगण आउणे साडे घरां च ही आउणे हो, उदों असीं तां कहिंदे नहीं वी साडे घरां च ना बड़ो, हुण जदों साडे काम नहीं होणगे असीं फिर घरां च ही बड़ांगे। इन्हां नूं याद तां करावांगे वी किवें साडे तुसीं वोटां मंगियां सी, किवें किवें साडे नाल वादे कीते सी, हुण जदों तुसीं वादे पूरे नहीं करोंगे तां असीं फिर पिंडों पिंडी विरोध भी करांगे, घरां मूहरे भी रोस करांगे। साडे कोल होर राह की बच गया? हुण नौजवानी तुसीं साडी मारती, नशे नाल तुसीं पंजाब गर्क करता, सारा कुछ, कोई काम तुसीं नहीं दे रहे, रुजगार तुसीं नहीं दे रहे, फिर पिट से आपा भी तां सोडा ही होगा जी। हमने चेतावनी पत्र चुप गए हैं जथेर जी, अज तुसीं हलका विधायक दे घर दे विच चेतावनी पत्र लाया गा परविंदर झोटे की रिहाई नूं लैके ते नशियां दे बंदे लैके, की तुहाडा मैसेज है? मेरा नाम गुरसेव सिंह जवाहरके है, मैं पार्टी का जनरल सैकटरी अकाली दल अमृतसर का, तो जोड़ा धरना असी लाया ये 47 दिन हो गए, अच्छ परविंदर झोटे को एक तस्कर के बयान से अरैसट किया हुआ झूठा, मानसा जिले की पुलिस ने, मानसा का एस एस पी स्टेज पर आके भी कह के गया, ए डी जी पी ने भी कहा भी सानू 2 दिन दे दो 3 दिन दे दो, पर उस गल को अच 15 दिन हो गए। जो एडे सीनियर अफसर भरोसे लैन तो जनता का विश्वास टुट जाता है, इस करके हार के जी जो आप पार्टी का प्रधान है बुद्ध राम जी, बेशक बुद्ध राम जी हलका एम एल ए है, वो पार्टी के प्रधान भी है, वो जिमें अपना गुरप्रीत बणावाली है वो बार भी धरना लगू, सारिया जथेबंदियां जिन्नी एक्शन कमेटी चाहिए सारिया किसान जथेबंदियां अकाली दल अमृतसर सी पी आई होर भी लिबरेशन के बंदे काफ़ी सब जथेबंदियां एक्शन कमेटी च सारे, असी 1 तरीक न सारे एम एल ए घर घेरांगे।